ਸਾਡੇ ਕੋਲ ਬੋਡੀ ਆਈ ਸੀ ਮੰਡੇ ਸ਼ਾਮ ਨੂੰ ਅਤੇ ਉਹਦੇ ਰਿਲੇਟਿਵਸ ਵਗੈਰਾ ਬਾਹਰੋਂ ਆਉਣੇ ਸੀਗੇ ਇਸ ਕਰਕੇ ਉਹਨਾਂ ਨੂੰ ਸੀਗਾ ਕਿ ਜਦੋਂ ਸਾਡੇ ਰਿਸ਼ਤੇਦਾਰ ਆ ਜਾਣਗੇ ਉਸ ਤੋਂ ਬਾਅਦ ਅਸੀਂ ਬੋਡੀ ਲਵਾਂਗੇ ਅਤੇ ਫਿਰ ਬੋਡੀ ਦਾ ਇਹ ਹੁੰਦਾ ਕਿ ਪੋਸਟਮਾਰਟਮ ਅਸੀਂ ਉਦੋਂ ਹੀ ਕਰੀਦਾ ਜਦੋਂ ਕਿ ਬੋਡੀ ਹੈਂਡਓਵਰ ਕਰਨੀ ਹੋਵੇ ਕਿਉਂਕਿ ਜਿੰਨੀਆਂ ਬੋਡੀ 'ਤੇ ਗੋਲੀਆਂ ਲੱਗੀਆਂ ਸੀ ਜਿੰਨੀ ਡਾਈਸੈਕਸ਼ਨ ਕਰਨੀ ਪੈਣੀ ਸੀ ਜੇ ਅਸੀਂ ਪੋਸਟਮਾਰਟਮ ਕਰਕੇ ਬੋਡੀ ਰੱਖੀਏ ਤਾਂ ਬੋਡੀ ਦੇ ਖਰਾਬ ਹੋਣ ਦਾ ਡਰ ਰਹਿੰਦਾ ਹੈ ਸੋ ਇਹ ਸੀਗਾ ਕਿ ਜਦੋਂ ਹੈਂਡਓਵਰ ਕਰਨੀ ਹੈ ਬੋਡੀ ਉਸ ਤੋਂ ਪਹਿਲਾਂ ਹੀ ਪੋਸਟਮਾਰਟਮ ਕਰਕੇ ਦੇਵਾਂਗੇ ਅਤੇ ਕੱਲ੍ਹ ਸ਼ਾਮੀ ਉਹਨਾਂ ਦਾ ਮੈਸੇਜ ਆ ਗਿਆ ਸੀ ਕਿ ਅਸੀਂ ਕੱਲ੍ਹ ਨੂੰ ਪੋਸਟਮਾਰਟਮ ਕਰਾਉਣਾ ਸੋ ਸਾਨੂੰ ਸੀਗਾ ਕਿ ਸਵੇਰੇ ਸਵੇਰੇ ਸਾਡੇ ਓ ਪੀ ਡੀ ਜਿਸ ਤਰ੍ਹਾਂ 9 ਵਜੇ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਅਸੀਂ ਕਿਉਂਕਿ ਬੋਡੀ ਦਾ ਐਕਸਰੇ ਵਗੈਰਾ ਵੀ ਇੱਧਰ ਲਿਆ ਕੇ ਕਰਨਾ ਸੀ ਮੇਨ ਬਿਲਡਿੰਗ ਕਿ ਅਸੀਂ 8 ਵਜੇ ਦਾ ਹੀ ਸਾਰੇ ਡਾਕਟਰਸ ਨੂੰ ਕਹਿ ਦਿੱਤਾ ਸੀਗਾ 4 ਡਾਕਟਰਸ ਦਾ ਬੋਰਡ ਕੋਨਸਟੀਟਿਊਟ ਕੀਤਾ ਸੀ ਜਿਹਦੇ 'ਚ ਕਿ ਡਾਕਟਰ ਤਰਨਜੀਤ ਦੀ ਐਕਚੁਅਲ ਪੋਸਟਮਾਰਟਮ ਡਿਊਟੀ ਸੀ ਉਹਨਾਂ ਦੇ ਨਾਲ ਆਰਥੋਪੈਡਿਕ ਸਰਜਨ ਡਾਕਟਰ ਧਰਮਵੀਰ ਜਨਰਲ ਸਰਜਨ ਡਾਕਟਰ ਸੋਨੂ ਕੌਰ ਅਤੇ ਮੈਡੀਕਲ ਸਪੈਸ਼ਲਿਸਟ ਡਾਕਟਰ ਜਸਦੀਪ ਦੀ ਡਿਊਟੀ ਲਗਾਈ ਸੀ ਔਰ ਸਾਹਿਬ ਸਿੰਘ ਸੀ ਸਾਡੇ ਰੇਡੀਓਗ੍ਰਾਫਰ ਜਿਨ੍ਹਾਂ ਨੇ ਕਿ ਐਕਸਰੇ ਕਰਨੇ ਸੀ ਤਾਂ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ 8 ਵਜੇ ਅਸੀਂ ਕੰਮ ਸ਼ੁਰੂ ਕਰ ਦੇਣਾ ਦੈਟ ਇਜ਼ 1 ਆਵਰ ਬਿਫੋਰ ਆਰ ਓ ਪੀ ਡੀ ਟਾਈਮਿੰਗ ਸੋ ਦੈਟ ਸਾਡਾ ਐਕਸਰੇ ਵਗੈਰਾ ਦਾ ਕੰਮ ਜਨਰਲ ਪਬਲਿਕ ਦੇ ਹੋਸਪਿਟਲ ਆਉਣ ਤੋਂ ਪਹਿਲਾਂ ਹੀ ਅਸੀਂ ਉਹ ਕੰਮ ਨਿਬੇੜ ਲਈਏ ਸਾਰਾ ਅਤੇ ਸਾਡੇ ਜਿਹੜੇ ਹੈਲਪਰ ਹੈਗੇ ਆ ਮੋਰਚਰੀ 'ਚ ਉਹਨਾਂ ਨੂੰ ਵੀ ਸਵੇਰੇ ਵੀ ਜਿੱਦਾਂ 5:30 ਵਜੇ ਕਿਹਾ ਸੀ ਕਿ ਬੋਡੀ ਬਾਹਰ ਕੱਢ ਲਓ ਫ੍ਰੀਜ਼ਰ 'ਚੋਂ ਤਾਂ ਕਿ ਕਿਉਂਕਿ ਬੋਡੀ ਬਹੁਤ ਫ੍ਰੀਜ਼ ਹੋਈ ਹੁੰਦੀ ਹੈ ਨਾ ਫਿਰ ਪੋਸਟਮਾਰਟਮ ਕਰਨ 'ਚ ਦਿੱਕਤ ਆਉਂਦੀ ਹੈ ਸੋ ਵੀ ਕਹਿੰਦੇ ਸੀ ਕਿ 5 ਵਜੇ ਤੋਂ ਹੀ ਅਸੀਂ ਇਸ ਕੰਮ 'ਤੇ ਸੀਗੇ ਅਤੇ ਫਿਰ 8 ਵਜੇ ਤੋਂ ਅਸੀਂ ਐਕਸਰੇ ਕਰਕੇ ਉਸ ਤੋਂ ਬਾਅਦ ਬੋਡੀ ਸ਼ਿਫਟ ਕਰ ਲਈ ਸੀ ਮੋਰਚਰੀ 'ਚ ਅਤੇ ਮੋਰਚਰੀ ਦੇ ਵਿੱਚ ਜਾ ਕੇ ਵੀ ਡਿਸੈਕਸ਼ਨ ਕਰਦੇ ਵੀ ਡਾਕਟਰਸ ਨੂੰ 4-4.5 ਘੰਟੇ ਲੱਗ ਗਏ ਕਿਉਂਕਿ ਕਾਫੀ ਜ਼ਿਆਦਾ ਬੁਲਟ ਸੀਗੇ ਬੜੇ ਡੀਪਲੀ ਲੋਜ ਸੀਗੇ ਕਈ ਜੁਆਇੰਟਸ ਦੇ ਵਿੱਚ ਅਤੇ ਪਰਸਨ ਵਾਜ਼ ਵੈਰੀ ਵੈਲ ਬਿਲਡ ਵੈਰੀ ਮਸਕੂਲਰ ਸੋ ਕਾਫੀ ਟਾਈਮ ਲੱਗਿਆ ਪੋਸਟਮਾਰਟਮ 'ਚ ਮਤਲਬ ਮੈਂ ਇਸ ਤੋਂ ਪਹਿਲਾਂ ਮੈਂ ਵੀ ਪੋਸਟਮਾਰਟਮ ਕਰਦੀ ਰਹੀ ਹਾਂ ਸਿਵਲ ਹੋਸਪਿਟਲ ਪੋਸਟਡ ਰਹੀ ਹਾਂ ਸਿੰਸ 1993 ਆਨਵਰਡਸ ਈਵਨ ਮੈਂ ਵੀ ਇੰਨਾ ਟਾਈਮ ਕੰਜ਼ਿਊਮਿੰਗ ਪੋਸਟਮਾਰਟਮ ਕੋਈ ਨਹੀਂ ਦੇਖਿਆ ਅਜੇ ਤੱਕ ਜਿੰਨਾ ਕਿ ਟਾਈਮ ਲੱਗਿਆ ਡਿਸੈਕਸ਼ਨ ਕਰਨ 'ਚ ਅਤੇ ਬੁਲਟਸ ਵਗੈਰਾ ਰਿਟਰੀਵ ਕਰਨ 'ਚ ਸੋ ਕਾਫੀ ਮਿਹਨਤ ਕੀਤੀ ਡਾਕਟਰਸ ਨੇ ਕਿ ਬਹੁਤ ਅੱਛੀ ਤਰ੍ਹਾਂ ਪੋਸਟਮਾਰਟਮ ਕੀਤਾ ਸਾਨੂੰ ਅਤੇ ਸਾਡੇ ਕੋਲ ਬੋਡੀ ਆਈ ਸੀ ਮੰਡੇ ਸ਼ਾਮ ਨੂੰ ਅਤੇ ਉਹਦੇ ਰਿਲੇਟਿਵਸ ਵਗੈਰਾ ਬਾਹਰੋਂ ਆਉਣੇ ਸੀਗੇ ਇਸ ਕਰਕੇ ਉਹਨਾਂ ਨੂੰ ਸੀਗਾ ਕਿ ਜਦੋਂ ਸਾਡੇ ਰਿਸ਼ਤੇਦਾਰ ਆ ਜਾਣਗੇ ਉਸ ਤੋਂ ਬਾਅਦ ਅਸੀਂ ਬੋਡੀ ਲਵਾਂਗੇ ਅਤੇ ਫਿਰ ਬੋਡੀ ਦਾ ਇਹ ਹੁੰਦਾ ਕਿ ਪੋਸਟਮਾਰਟਮ ਅਸੀਂ ਉਦੋਂ ਹੀ ਕਰੀਦਾ ਜਦੋਂ ਕਿ ਬੋਡੀ ਹੈਂਡਓਵਰ ਕਰਨੀ ਹੋਵੇ ਕਿਉਂਕਿ ਜਿੰਨੀਆਂ ਬੋਡੀ 'ਤੇ ਗੋਲੀਆਂ ਲੱਗੀਆਂ ਸੀ ਜਿੰਨੀ ਡਾਈਸੈਕਸ਼ਨ ਕਰਨੀ ਪੈਣੀ ਸੀ ਜੇ ਅਸੀਂ ਪੋਸਟਮਾਰਟਮ ਕਰਕੇ ਬੋਡੀ ਰੱਖੀਏ ਤਾਂ ਬੋਡੀ ਦੇ ਖਰਾਬ ਹੋਣ ਦਾ ਡਰ ਰਹਿੰਦਾ ਹੈ ਸੋ ਇਹ ਸੀਗਾ ਕਿ ਜਦੋਂ ਹੈਂਡਓਵਰ ਕਰਨੀ ਹੈ ਬੋਡੀ ਉਸ ਤੋਂ ਪਹਿਲਾਂ ਹੀ ਪੋਸਟਮਾਰਟਮ ਕਰਕੇ ਦੇਵਾਂਗੇ ਅਤੇ ਕੱਲ੍ਹ ਸ਼ਾਮੀ ਉਹਨਾਂ ਦਾ ਮੈਸੇਜ ਆ ਗਿਆ ਸੀ ਕਿ ਅਸੀਂ ਕੱਲ੍ਹ ਨੂੰ ਪੋਸਟਮਾਰਟਮ ਕਰਾਉਣਾ ਸੋ ਸਾਨੂੰ ਸੀਗਾ ਕਿ ਸਵੇਰੇ ਸਵੇਰੇ ਸਾਡੇ ਓ ਪੀ ਡੀ ਜਿਸ ਤਰ੍ਹਾਂ 9 ਵਜੇ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਅਸੀਂ ਕਿਉਂਕਿ ਬੋਡੀ ਦਾ ਐਕਸਰੇ ਵਗੈਰਾ ਵੀ ਇੱਧਰ ਲਿਆ ਕੇ ਕਰਨਾ ਸੀ ਮੇਨ ਬਿਲਡਿੰਗ ਕਿ ਅਸੀਂ 8 ਵਜੇ ਦਾ ਹੀ ਸਾਰੇ ਡਾਕਟਰਸ ਨੂੰ ਕਹਿ ਦਿੱਤਾ ਸੀਗਾ 4 ਡਾਕਟਰਸ ਦਾ ਬੋਰਡ ਕੋਨਸਟੀਟਿਊਟ ਕੀਤਾ ਸੀ ਜਿਹਦੇ 'ਚ ਕਿ ਡਾਕਟਰ ਤਰਨਜੀਤ ਦੀ ਐਕਚੁਅਲ ਪੋਸਟਮਾਰਟਮ ਡਿਊਟੀ ਸੀ ਉਹਨਾਂ ਦੇ ਨਾਲ ਆਰਥੋਪੈਡਿਕ ਸਰਜਨ ਡਾਕਟਰ ਧਰਮਵੀਰ ਜਨਰਲ ਸਰਜਨ ਡਾਕਟਰ ਸੋਨੂ ਕੌਰ ਅਤੇ ਮੈਡੀਕਲ ਸਪੈਸ਼ਲਿਸਟ ਡਾਕਟਰ ਜਸਦੀਪ ਦੀ ਡਿਊਟੀ ਲਗਾਈ ਸੀ ਔਰ ਸਾਹਿਬ ਸਿੰਘ ਸੀ ਸਾਡੇ ਰੇਡੀਓਗ੍ਰਾਫਰ ਜਿਨ੍ਹਾਂ ਨੇ ਕਿ ਐਕਸਰੇ ਕਰਨੇ ਸੀ ਤਾਂ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ 8 ਵਜੇ ਅਸੀਂ ਕੰਮ ਸ਼ੁਰੂ ਕਰ ਦੇਣਾ ਦੈਟ ਇਜ਼ 1 ਆਵਰ ਬਿਫੋਰ ਆਰ ਓ ਪੀ ਡੀ ਟਾਈਮਿੰਗ ਸੋ ਦੈਟ ਸਾਡਾ ਐਕਸਰੇ ਵਗੈਰਾ ਦਾ ਕੰਮ ਜਨਰਲ ਪਬਲਿਕ ਦੇ ਹੋਸਪਿਟਲ ਆਉਣ ਤੋਂ ਪਹਿਲਾਂ ਹੀ ਅਸੀਂ ਉਹ ਕੰਮ ਨਿਬੇੜ ਲਈਏ ਸਾਰਾ ਅਤੇ ਸਾਡੇ ਜਿਹੜੇ ਹੈਲਪਰ ਹੈਗੇ ਆ ਮੋਰਚਰੀ 'ਚ ਉਹਨਾਂ ਨੂੰ ਵੀ ਸਵੇਰੇ ਵੀ ਜਿੱਦਾਂ 5:30 ਵਜੇ ਕਿਹਾ ਸੀ ਕਿ ਬੋਡੀ ਬਾਹਰ ਕੱਢ ਲਓ ਫ੍ਰੀਜ਼ਰ 'ਚੋਂ ਤਾਂ ਕਿ ਕਿਉਂਕਿ ਬੋਡੀ ਬਹੁਤ ਫ੍ਰੀਜ਼ ਹੋਈ ਹੁੰਦੀ ਹੈ ਨਾ ਫਿਰ ਪੋਸਟਮਾਰਟਮ ਕਰਨ 'ਚ ਦਿੱਕਤ ਆਉਂਦੀ ਹੈ ਸੋ ਵੀ ਕਹਿੰਦੇ ਸੀ ਕਿ 5 ਵਜੇ ਤੋਂ ਹੀ ਅਸੀਂ ਇਸ ਕੰਮ 'ਤੇ ਸੀਗੇ ਅਤੇ ਫਿਰ 8 ਵਜੇ ਤੋਂ ਅਸੀਂ ਐਕਸਰੇ ਕਰਕੇ ਉਸ ਤੋਂ ਬਾਅਦ ਬੋਡੀ ਸ਼ਿਫਟ ਕਰ ਲਈ ਸੀ ਮੋਰਚਰੀ 'ਚ ਅਤੇ ਮੋਰਚਰੀ ਦੇ ਵਿੱਚ ਜਾ ਕੇ ਵੀ ਡਿਸੈਕਸ਼ਨ ਕਰਦੇ ਵੀ ਡਾਕਟਰਸ ਨੂੰ 4-4.5 ਘੰਟੇ ਲੱਗ ਗਏ ਕਿਉਂਕਿ ਕਾਫੀ ਜ਼ਿਆਦਾ ਬੁਲਟ ਸੀਗੇ ਬੜੇ ਡੀਪਲੀ ਲੋਜ ਸੀਗੇ ਕਈ ਜੁਆਇੰਟਸ ਦੇ ਵਿੱਚ ਅਤੇ ਪਰਸਨ ਵਾਜ਼ ਵੈਰੀ ਵੈਲ ਬਿਲਡ ਵੈਰੀ ਮਸਕੂਲਰ ਸੋ ਕਾਫੀ ਟਾਈਮ ਲੱਗਿਆ ਪੋਸਟਮਾਰਟਮ 'ਚ ਮਤਲਬ ਮੈਂ ਇਸ ਤੋਂ ਪਹਿਲਾਂ ਮੈਂ ਵੀ ਪੋਸਟਮਾਰਟਮ ਕਰਦੀ ਰਹੀ ਹਾਂ ਸਿਵਲ ਹੋਸਪਿਟਲ ਪੋਸਟਡ ਰਹੀ ਹਾਂ ਸਿੰਸ 1993 ਆਨਵਰਡਸ ਈਵਨ ਮੈਂ ਵੀ ਇੰਨਾ ਟਾਈਮ ਕੰਜ਼ਿਊਮਿੰਗ ਪੋਸਟਮਾਰਟਮ ਕੋਈ ਨਹੀਂ ਦੇਖਿਆ ਅਜੇ ਤੱਕ ਜਿੰਨਾ ਕਿ ਟਾਈਮ ਲੱਗਿਆ ਡਿਸੈਕਸ਼ਨ ਕਰਨ 'ਚ ਅਤੇ ਬੁਲਟਸ ਵਗੈਰਾ ਰਿਟਰੀਵ ਕਰਨ 'ਚ ਸੋ ਕਾਫੀ ਮਿਹਨਤ ਕੀਤੀ ਡਾਕਟਰਸ ਨੇ ਕਿ ਬਹੁਤ ਅੱਛੀ ਤਰ੍ਹਾਂ ਪੋਸਟਮਾਰਟਮ ਕੀਤਾ ਸਾਨੂੰ ਅਤੇ ਸਾਡੇ ਕੋਲ ਬੋਡੀ ਆਈ ਸੀ ਮੰਡੇ ਸ਼ਾਮ ਨੂੰ ਅਤੇ ਉਹਦੇ ਰਿਲੇਟਿਵਸ ਵਗੈਰਾ ਬਾਹਰੋਂ ਆਉਣੇ ਸੀਗੇ ਇਸ ਕਰਕੇ ਉਹਨਾਂ ਨੂੰ ਸੀਗਾ ਕਿ ਜਦੋਂ ਸਾਡੇ ਰਿਸ਼ਤੇਦਾਰ ਆ ਜਾਣਗੇ ਉਸ ਤੋਂ ਬਾਅਦ ਅਸੀਂ ਬੋਡੀ ਲਵਾਂਗੇ ਅਤੇ ਫਿਰ ਬੋਡੀ ਦਾ ਇਹ ਹੁੰਦਾ ਕਿ ਪੋਸਟਮਾਰਟਮ ਅਸੀਂ ਉਦੋਂ ਹੀ ਕਰੀਦਾ ਜਦੋਂ ਕਿ ਬੋਡੀ ਹੈਂਡਓਵਰ ਕਰਨੀ ਹੋਵੇ ਕਿਉਂਕਿ ਜਿੰਨੀਆਂ ਬੋਡੀ 'ਤੇ ਗੋਲੀਆਂ ਲੱਗੀਆਂ ਸੀ ਜਿੰਨੀ ਡਾਈਸੈਕਸ਼ਨ ਕਰਨੀ ਪੈਣੀ ਸੀ ਜੇ ਅਸੀਂ ਪੋਸਟਮਾਰਟਮ ਕਰਕੇ ਬੋਡੀ ਰੱਖੀਏ ਤਾਂ ਬੋਡੀ ਦੇ ਖਰਾਬ ਹੋਣ ਦਾ ਡਰ ਰਹਿੰਦਾ ਹੈ ਸੋ ਇਹ ਸੀਗਾ ਕਿ ਜਦੋਂ ਹੈਂਡਓਵਰ ਕਰਨੀ ਹੈ ਬੋਡੀ ਉਸ ਤੋਂ ਪਹਿਲਾਂ ਹੀ ਪੋਸਟਮਾਰਟਮ ਕਰਕੇ ਦੇਵਾਂਗੇ ਅਤੇ ਕੱਲ੍ਹ ਸ਼ਾਮੀ ਉਹਨਾਂ ਦਾ ਮੈਸੇਜ ਆ ਗਿਆ ਸੀ ਕਿ ਅਸੀਂ ਕੱਲ੍ਹ ਨੂੰ ਪੋਸਟਮਾਰਟਮ ਕਰਾਉਣਾ
ਸੋ ਸਾਨੂੰ ਸੀਗਾ ਕਿ ਸਵੇਰੇ ਸਵੇਰੇ ਸਾਡੇ ਓ ਪੀ ਡੀ ਜਿਸ ਤਰ੍ਹਾਂ 9 ਵਜੇ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਅਸੀਂ ਕਿਉਂਕਿ ਬੋਡੀ ਦਾ ਐਕਸਰੇ ਵਗੈਰਾ ਵੀ ਇੱਧਰ ਲਿਆ ਕੇ ਕਰਨਾ ਸੀ ਮੇਨ ਬਿਲਡਿੰਗ ਕਿ ਅਸੀਂ 8 ਵਜੇ ਦਾ ਹੀ ਸਾਰੇ ਡਾਕਟਰਸ ਨੂੰ ਕਹਿ ਦਿੱਤਾ ਸੀਗਾ 4 ਡਾਕਟਰਸ ਦਾ ਬੋਰਡ ਕੋਨਸਟੀਟਿਊਟ ਕੀਤਾ ਸੀ ਜਿਹਦੇ 'ਚ ਕਿ ਡਾਕਟਰ ਤਰਨਜੀਤ ਦੀ ਐਕਚੁਅਲ ਪੋਸਟਮਾਰਟਮ ਡਿਊਟੀ ਸੀ ਉਹਨਾਂ ਦੇ ਨਾਲ ਆਰਥੋਪੈਡਿਕ ਸਰਜਨ ਡਾਕਟਰ ਧਰਮਵੀਰ ਜਨਰਲ ਸਰਜਨ ਡਾਕਟਰ ਸੋਨੂ ਕੌਰ ਅਤੇ ਮੈਡੀਕਲ ਸਪੈਸ਼ਲਿਸਟ ਡਾਕਟਰ ਜਸਦੀਪ ਦੀ ਡਿਊਟੀ ਲਗਾਈ ਸੀ ਔਰ ਸਾਹਿਬ ਸਿੰਘ ਸੀ ਸਾਡੇ ਰੇਡੀਓਗ੍ਰਾਫਰ ਜਿਨ੍ਹਾਂ ਨੇ ਕਿ ਐਕਸਰੇ ਕਰਨੇ ਸੀ ਤਾਂ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ 8 ਵਜੇ ਅਸੀਂ ਕੰਮ ਸ਼ੁਰੂ ਕਰ ਦੇਣਾ ਹੈ ਦੈਟ ਇਜ਼ 1 ਆਵਰ ਬਿਫੋਰ ਆਰ ਓ ਪੀ ਡੀ ਟਾਈਮਿੰਗ ਸੋ ਦੈਟ ਸਾਡਾ ਐਕਸਰੇ ਵਗੈਰਾ ਦਾ ਕੰਮ ਜਨਰਲ ਪਬਲਿਕ ਦੇ ਹੋਸਪਿਟਲ ਆਉਣ ਤੋਂ ਪਹਿਲਾਂ ਹੀ ਅਸੀਂ ਉਹ ਕੰਮ ਨਿਬੇੜ ਲਈਏ ਸਾਰਾ ਅਤੇ ਸਾਡੇ ਜਿਹੜੇ ਹੈਲਪਰ ਹੈਗੇ ਆ ਮੋਰਚਰੀ 'ਚ ਉਹਨਾਂ ਨੂੰ ਵੀ ਸਵੇਰੇ ਹੀ ਜਿੱਦਾਂ 5:30 ਵਜੇ ਕਿਹਾ ਸੀ ਕਿ ਬੋਡੀ ਬਾਹਰ ਕੱਢ ਲਓ ਫ੍ਰੀਜ਼ਰ 'ਚੋਂ ਤਾਂ ਕਿ ਕਿਉਂਕਿ ਬੋਡੀ ਬਹੁਤ ਫ੍ਰੀਜ਼ ਹੋਈ ਹੁੰਦੀ ਹੈ ਨਾ ਫਿਰ ਪੋਸਟਮਾਰਟਮ ਕਰਨ 'ਚ ਦਿੱਕਤ ਆਉਂਦੀ ਹੈ ਸੋ ਵੀ ਕਹਿ ਸਕੀਏ ਕਿ 5 ਵਜੇ ਤੋਂ ਹੀ ਅਸੀਂ ਇਸ ਕੰਮ 'ਤੇ ਸੀਗੇ ਅਤੇ ਫਿਰ 8 ਵਜੇ ਤੋਂ ਅਸੀਂ ਐਕਸਰੇ ਕਰਕੇ ਉਸ ਤੋਂ ਬਾਅਦ ਬੋਡੀ ਸ਼ਿਫਟ ਕਰ ਲਈ ਸੀ ਮੋਰਚਰੀ 'ਚ ਅਤੇ ਮੋਰਚਰੀ ਦੇ ਵਿੱਚ ਜਾ ਕੇ ਵੀ ਡਿਸੈਕਸ਼ਨ ਕਰਦੇ ਵੀ ਡਾਕਟਰਸ ਨੂੰ 4-4.5 ਘੰਟੇ ਲੱਗ ਗਏ ਕਿਉਂਕਿ ਕਾਫੀ ਜ਼ਿਆਦਾ ਬੁਲਟ ਸੀਗੇ ਬੜੇ ਡੀਪਲੀ ਲੋਜ ਸੀਗੇ ਕਈ ਜੁਆਇੰਟਸ ਦੇ ਵਿੱਚ ਅਤੇ ਪਰਸਨ ਵਾਜ ਵੈਰੀ ਵੈਲ ਬਿਲਡ ਵੈਰੀ ਮਸਕੂਲਰ ਸੋ ਕਾਫੀ ਟਾਈਮ ਲੱਗਿਆ ਪੋਸਟਮਾਰਟਮ 'ਚ ਮਤਲਬ ਮੈਂ ਇਸ ਤੋਂ ਪਹਿਲਾਂ ਮੈਂ ਵੀ ਪੋਸਟਮਾਰਟਮ ਕਰਦੀ ਰਹੀ ਹਾਂ ਸਿਵਲ ਹੋਸਪਿਟਲ ਪੋਸਟਡ ਰਹੀ ਹਾਂ ਸਿੰਸ 93 ਆਨਵਰਡਸ ਈਵਨ ਮੈਂ ਵੀ ਇੰਨਾ ਟਾਈਮ ਕੰਜ਼ਿਊਮਿੰਗ ਪੋਸਟਮਾਰਟਮ ਕੋਈ ਨਹੀਂ ਦੇਖਿਆ ਅਜੇ ਤੱਕ ਜਿੰਨਾ ਕਿ ਟਾਈਮ ਲੱਗਿਆ ਡਿਸੈਕਸ਼ਨ ਕਰਨ 'ਚ ਅਤੇ ਬੁਲਟਸ ਵਗੈਰਾ ਰਿਟਰੀਵ ਕਰਨ 'ਚ ਸੋ ਕਾਫੀ ਮਿਹਨਤ ਕੀਤੀ ਡਾਕਟਰਸ ਨੇ ਕਿ ਬਹੁਤ ਅੱਛੀ ਤਰ੍ਹਾਂ ਪੋਸਟਮਾਰਟਮ ਕੀਤਾ ਸਾਨੂੰ ਅਤੇ ਸਾਡੇ ਕੋਲ ਬੋਡੀ ਆਈ ਸੀ ਮੰਡੇ ਸ਼ਾਮ ਨੂੰ ਅਤੇ ਉਹਦੇ ਰਿਲੇਟਿਵਸ ਵਗੈਰਾ ਬਾਹਰੋਂ ਆਉਣੇ ਸੀਗੇ ਇਸ ਕਰਕੇ ਉਹਨਾਂ ਨੂੰ ਸੀਗਾ ਕਿ ਜਦੋਂ ਸਾਡੇ ਰਿਸ਼ਤੇਦਾਰ ਆ ਜਾਣਗੇ ਉਸ ਤੋਂ ਬਾਅਦ ਅਸੀਂ ਬੋਡੀ ਲਵਾਂਗੇ ਅਤੇ ਫਿਰ ਬੋਡੀ ਦਾ ਇਹ ਹੁੰਦਾ ਕਿ ਪੋਸਟਮਾਰਟਮ ਅਸੀਂ ਉਦੋਂ ਹੀ ਕਰੀਦਾ ਜਦੋਂ ਕਿ ਬੋਡੀ ਹੈਂਡਓਵਰ ਕਰਨੀ ਹੋਵੇ ਕਿਉਂਕਿ ਜਿੰਨੀਆਂ ਬੋਡੀ 'ਤੇ ਗੋਲੀਆਂ ਲੱਗੀਆਂ ਸੀ ਜਿੰਨੀ ਡਾਇਸੈਕਸ਼ਨ ਕਰਨੀ ਪੈਣੀ ਸੀ ਜੇ ਅਸੀਂ ਪੋਸਟਮਾਰਟਮ ਕਰਕੇ ਬੋਡੀ ਰੱਖੀਏ ਤਾਂ ਬੋਡੀ ਦੇ ਖਰਾਬ ਹੋਣ ਦਾ ਡਰ ਰਹਿੰਦਾ ਹੈ ਸੋ ਇਹ ਸੀਗਾ ਕਿ ਜਦੋਂ ਹੈਂਡਓਵਰ ਕਰਨੀ ਹੈ ਬੋਡੀ ਉਸ ਤੋਂ ਪਹਿਲਾਂ ਹੀ ਪੋਸਟਮਾਰਟਮ ਕਰਕੇ ਦੇਵਾਂਗੇ ਅਤੇ ਕੱਲ੍ਹ ਸ਼ਾਮੀ ਉਹਨਾਂ ਦਾ ਮੈਸੇਜ ਆ ਗਿਆ ਸੀ ਕਿ ਅਸੀਂ ਕੱਲ੍ਹ ਨੂੰ ਪੋਸਟਮਾਰਟਮ ਕਰਾਉਣਾ ਸੋ ਸਾਨੂੰ ਸੀਗਾ ਕਿ ਸਵੇਰੇ ਸਵੇਰੇ ਸਾਡੇ ਓ ਪੀ ਡੀ ਜਿਸ ਤਰ੍ਹਾਂ 9 ਵਜੇ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਅਸੀਂ ਕਿਉਂਕਿ ਬੋਡੀ ਦਾ ਐਕਸਰੇ ਵਗੈਰਾ ਵੀ ਇੱਧਰ ਲਿਆ ਕੇ ਕਰਨਾ ਸੀ ਮੇਨ ਬਿਲਡਿੰਗ ਕਿ ਅਸੀਂ 8 ਵਜੇ ਦਾ ਹੀ ਸਾਰੇ ਡਾਕਟਰਸ ਨੂੰ ਕਹਿ ਦਿੱਤਾ ਸੀਗਾ 4 ਡਾਕਟਰਸ ਦਾ ਬੋਰਡ ਕੋਨਸਟੀਟਿਊਟ ਕੀਤਾ ਸੀ ਜਿਹਦੇ 'ਚ ਕਿ ਡਾਕਟਰ ਤਰਨਜੀਤ ਦੀ ਐਕਚੁਅਲ ਪੋਸਟਮਾਰਟਮ ਡਿਊਟੀ ਸੀ ਉਹਨਾਂ ਦੇ ਨਾਲ ਆਰਥੋਪੈਡਿਕ ਸਰਜਨ ਡਾਕਟਰ ਧਰਮਵੀਰ ਜਨਰਲ ਸਰਜਨ ਡਾਕਟਰ ਸੋਨੂ ਕੌਰ ਅਤੇ ਮੈਡੀਕਲ ਸਪੈਸ਼ਲਿਸਟ ਡਾਕਟਰ ਜਸਦੀਪ ਦੀ ਡਿਊਟੀ ਲਗਾਈ ਸੀ ਔਰ ਸਾਹਿਬ ਸਿੰਘ ਸੀ ਸਾਡੇ ਰੇਡੀਓਗ੍ਰਾਫਰ ਜਿਨ੍ਹਾਂ ਨੇ ਕਿ ਐਕਸਰੇ ਕਰਨੇ ਸੀ ਤਾਂ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ 8 ਵਜੇ ਅਸੀਂ ਕੰਮ ਸ਼ੁਰੂ ਕਰ ਦੇਣਾ ਹੈ ਦੈਟ ਇਜ਼ 1 ਆਵਰ ਬਿਫੋਰ ਆਰ ਓ ਪੀ ਡੀ ਟਾਈਮਿੰਗ ਸੋ ਦੈਟ ਸਾਡਾ ਐਕਸਰੇ ਵਗੈਰਾ ਦਾ ਕੰਮ ਜਨਰਲ ਪਬਲਿਕ ਦੇ ਹੋਸਪਿਟਲ ਆਉਣ ਤੋਂ ਪਹਿਲਾਂ ਹੀ ਅਸੀਂ ਉਹ ਕੰਮ ਨਿਬੇੜ ਲਈਏ ਸਾਰਾ ਅਤੇ ਸਾਡੇ ਜਿਹੜੇ ਹੈਲਪਰ ਹੈਗੇ ਆ ਮੋਰਚਰੀ 'ਚ ਉਹਨਾਂ ਨੂੰ ਵੀ ਸਵੇਰੇ ਹੀ ਜਿੱਦਾਂ 5:30 ਵਜੇ ਕਿਹਾ ਸੀ ਕਿ ਬੋਡੀ ਬਾਹਰ ਕੱਢ ਲਓ ਫ੍ਰੀਜ਼ਰ 'ਚੋਂ ਤਾਂ ਕਿ ਕਿਉਂਕਿ ਬੋਡੀ ਬਹੁਤ ਫ੍ਰੀਜ਼ ਹੋਈ ਹੁੰਦੀ ਹੈ ਨਾ ਫਿਰ ਪੋਸਟਮਾਰਟਮ ਕਰਨ 'ਚ ਦਿੱਕਤ ਆਉਂਦੀ ਹੈ ਸੋ ਵੀ ਕਹਿ ਸਕੀਏ ਕਿ 5 ਵਜੇ ਤੋਂ ਹੀ ਅਸੀਂ ਇਸ ਕੰਮ 'ਤੇ ਸੀਗੇ ਅਤੇ ਫਿਰ 8 ਵਜੇ ਤੋਂ ਅਸੀਂ ਐਕਸਰੇ ਕਰਕੇ ਉਸ ਤੋਂ ਬਾਅਦ ਬੋਡੀ ਸ਼ਿਫਟ ਕਰ ਲਈ ਸੀ ਮੋਰਚਰੀ 'ਚ ਅਤੇ ਮੋਰਚਰੀ ਦੇ ਵਿੱਚ ਜਾ ਕੇ ਵੀ ਡਿਸੈਕਸ਼ਨ ਕਰਦੇ ਵੀ ਡਾਕਟਰਸ ਨੂੰ 4-4.5 ਘੰਟੇ ਲੱਗ ਗਏ ਕਿਉਂਕਿ ਕਾਫੀ ਜ਼ਿਆਦਾ ਬੁਲਟ ਸੀਗੇ ਬੜੇ ਡੀਪਲੀ ਲੋਜ ਸੀਗੇ ਕਈ ਜੁਆਇੰਟਸ ਦੇ ਵਿੱਚ ਅਤੇ ਪਰਸਨ ਵਾਜ ਵੈਰੀ ਵੈਲ ਬਿਲਡ ਵੈਰੀ ਮਸਕੂਲਰ ਸੋ ਕਾਫੀ ਟਾਈਮ ਲੱਗਿਆ ਪੋਸਟਮਾਰਟਮ 'ਚ ਮਤਲਬ ਮੈਂ ਇਸ ਤੋਂ ਪਹਿਲਾਂ ਮੈਂ ਵੀ ਪੋਸਟਮਾਰਟਮ ਕਰਦੀ ਰਹੀ ਹਾਂ ਸਿਵਲ ਹੋਸਪਿਟਲ ਪੋਸਟਡ ਰਹੀ ਹਾਂ ਸਿੰਸ 93 ਆਨਵਰਡਸ ਈਵਨ ਮੈਂ ਵੀ ਇੰਨਾ ਟਾਈਮ ਕੰਜ਼ਿਊਮਿੰਗ ਪੋਸਟਮਾਰਟਮ ਕੋਈ ਨਹੀਂ ਦੇਖਿਆ ਅਜੇ ਤੱਕ ਜਿੰਨਾ ਕਿ ਟਾਈਮ ਲੱਗਿਆ ਡਿਸੈਕਸ਼ਨ ਕਰਨ 'ਚ ਅਤੇ ਬੁਲਟਸ ਵਗੈਰਾ ਰਿਟਰੀਵ ਕਰਨ 'ਚ ਸੋ ਕਾਫੀ ਮਿਹਨਤ ਕੀਤੀ ਡਾਕਟਰਸ ਨੇ ਕਿ ਬਹੁਤ ਅੱਛੀ ਤਰ੍ਹਾਂ ਪੋਸਟਮਾਰਟਮ ਕੀਤਾ ਸਾਨੂੰ ਤਾਜ਼ਾ ਖਬਰਾਂ ਅਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪ੍ਰਾਈਡ ਪੰਜਾਬ ਟੀਵੀ ਅਤੇ ਸਾਡਾ ਫੇਸਬੁੱਕ ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਅਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।